देखो श्रोमणी कमेटी ने ना एक्शन लिया ना लैना तो ना आने वाले शिंट लूगी। चोर कदे वास्ते अपनी कीती कताई जां गलती नूं कदे वास्ते दुनिया विच नशर नहीं करदा हुंदा। ओह जिहड़ी समुची श्रोमणी कमेटी है चोर है, चोरां दी कमेटी है। मामले लैके बड़ा विवाद चल रहा हाले तक, उस श्री अकाल तख्त साहिब जथेदार बुला रहे हैं, पेश नहीं हो रहे। देखो ये तो सदन वाले दे बहुत ही विरोध किया जा रहा है। पुलिस की कारगुजारी उत्ते भी सवाल खड़े किए जा रहे हैं। पटियाला के पिंड कल्याण पहुंचे भाई अमरीक सिंह अजनाला ने बेदबी करन वालियां नूं जल्द तो जल्द गिरफ्तार करन दी मांग की है। अते दूजे पासे भाई अजनाला ने पावन स्वरूप गुम होने के मामले च सीधे तौर पर श्रोमणी गुरुद्वारा प्रबंधक कमेटी नूं कसूरवार दस्या। वेखो अज इत्थे सिख संगतां सारियां इकत्र होईआं, अज जो गुरमता दा फैसला लिया जाऊगा, पर जिन्ना चिर तक श्री गुरु ग्रंथ साहिब जी दे पावन स्वरूप लभदे ने ਉਹਨਾਂ ਚਿਰ ਸਿੱਖ ਸੰਗਤਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਸਿੱਖ ਸਿੰਘ ਸਾਹਿਬ ਜਿਹੜਾ ਮਾਰ ਸ਼੍ਰੋਮਣੀ ਕਮੇਟੀ ਵੱਲੋਂ 300 ਕੁਝ ਸਰੂਪਾਂ ਦਾ ਮਾਮਲਾ ਸਾਹਮਣੇ ਆਇਆ, ਉਹਦੇ ਨੂੰ ਉਹਨਾਂ ਨੂੰ ਲੈ ਕੇ ਤੁਹਾਡੇ ਵੱਲੋਂ ਕੋਈ ਕਿਸ ਤਰ੍ਹਾਂ ਦਾ ਕੋਈ ਰਣਨੀਤੀ ਤਿਆਰ ਕੀਤੀ ਗਈ ਹੈ? ਕਰਾਂਗੇ ਜੀ, ਉਹ ਵੀ ਜ਼ਰੂਰ ਕਰਾਂਗੇ। ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਨਰਾਦਰੀ ਵਾਲਾ ਕੋਈ ਮਸਲਾ ਹੁੰਦਾ, ਆਪਾਂ ਸਿੱਖ ਹੋਣ ਦੇ ਨਾਤੇ ਉਹ ਮਸਲਾ ਜ਼ਰੂਰ ਚੁੱਕਾਂਗੇ। ਇੱਕ ਸਰ ਬਾਹਰ ਦਾ ਵੀ ਜਿਹੜਾ ਮਾਮਲਾ ਸਾਹਮਣੇ ਦੇਖਣ ਨੂੰ ਮਿਲ ਰਿਹਾ, ਜਿਹੜਾ ਮਾਰ ਦੇ ਸਰੂਪ ਜਿਹੜਾ ਇਸ ਤਰ੍ਹਾਂ ਲੈ ਕੇ ਗਏ ਨੇ, ਸ਼੍ਰੋਮਣੀ ਕਮੇਟੀ ਨੇ ਅਜੇ ਤੱਕ ਕੋਈ ਐਕਸ਼ਨ ਨਹੀਂ ਲਿਆ, ਕੀ ਸਮਝਦੇ ਹੋ ਤੁਸੀਂ? देखो श्रोमणी कमेटी ने ना एक्शन लिया ना लैना तो ना आने वाले शिंट लूगी, क्योंकि ये आप चोर है। चोर कदे वास्ते अपनी कीती कताई जां गलती नूं कदे वास्ते दुनिया विच नशर नहीं करदा हुंदा, क्योंकि जिहड़ी समुची श्रोमणी कमेटी है चोर है, चोरां दी कमेटी है। इस करके ये हुण जिहड़ा मसला सिख संगतां दा है, ਸਿੱਖ ਸੰਗਤਾਂ ਜਿਵੇਂ ਠੀਕ ਸਮਝਣਗੀਆਂ ਉਸ ਤਰ੍ਹਾਂ ਕਰਨਗੀਆਂ। ਸਾਹਿਬ ਤੁਹਾਡੇ ਨਾਲ ਮਾਮਲੇ ਲੈ ਕੇ ਬੜਾ ਵਿਵਾਦ ਚੱਲ ਰਿਹਾ, ਹਾਲੇ ਤੱਕ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਬੁਲਾ ਰਹੇ ਨੇ, ਉਹ ਪੇਸ਼ ਨਹੀਂ ਹੋ ਰਹੇ, ਕੀ ਸਮਝਦੇ ਇਸ ਨੂੰ? ਕੀ ਵੇਖੋ ਇਹ ਤਾਂ ਸੱਦਣ ਵਾਲੇ ਦੇ ਅਤੇ ਜਾਣ ਵਾਲੇ ਦੀ ਮਰਜ਼ੀ ਆ, ਜ਼ਬਰਦਸਤੀ ਕਿਤੇ ਵੀ ਨਹੀਂ ਹੁੰਦੀ, ਹੈ ਨਾ। ਜੇ ਤੂੰ ਆਪਣਾ ਭਲਾ ਸਮਝੂ ਜਾ ਜਾਊਗਾ, ਜੇ ਨਾ ਭਲਾ ਸਮਝੂਗਾ ਤਾਂ ਨਾ ਜਾਊਗਾ। ਇੱਕ ਲੋਕਾਂ ਨੂੰ ਵੀ ਅਪੀਲ ਕੀਤੀ ਉਹਨਾਂ ਵੀ ਉਹਦੇ ਪ੍ਰਚਾਰ ਨਾ ਸੁਣਨ, ਨਾ ਸ਼ੇਅਰ ਕਰਨ, ਕੀ ਇਸ ਤਰ੍ਹਾਂ ਸਹੀ ਹੈ ਇਹ? ਵੇਖੋ ਆਪਾਂ ਕਿਸੇ ਵੀ ਸੰਪਰਦਾ ਜਥੇਬੰਦੀ ਦਾ ਪ੍ਰਚਾਰਕ ਦੇ ਉਲਟ ਨਹੀਂ, ਪਰ ਜਿਹੜਾ ਸਿਧਾਂਤ ਤੋਂ ਉਲਟ ਚੱਲਦਾ, ਇਤਿਹਾਸ ਗੁਰਬਾਣੀ ਅਤੇ ਇਤਿਹਾਸਕ ਸਥਾਨਾਂ ਦਾ ਵਿਰੋਧ ਕਰਦਾ, ਉਹਦਾ ਪਹਿਲਾਂ ਵੀ ਹੁਣ ਵੀ ਅਤੇ ਆਉਣ ਵਾਲੇ ਸਮੇਂ ਵਿੱਚ ਸਿੰਘ ਸੰਗਤਾਂ ਵਿਰੋਧ ਕਰਦੀਆਂ ਸੀ ਅਤੇ ਕਰਦੀਆਂ ਰਹਿਣਗੀਆਂ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਨਾਂ ਪੇਸ਼ ਹੋਣ ਦੇ ਮਾਮਲੇ ਵਿੱਚ ਭਾਈ ਅਮਰੀਕ ਸਿੰਘ ਅਜਨਾਲਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅਜਨਾਲਾ ਨੇ ਕਿਹਾ ਹੈ ਕਿ ਜੇਕਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਪੇਸ਼ ਨਹੀਂ ਹੋ ਰਹੇ ਤਾਂ ਇਹ ਉਹਨਾਂ ਦੀ ਮਰਜ਼ੀ ਹੈ, ਇਸ ਨੂੰ ਲੈ ਕੇ ਕਿਸੇ ਨਾਲ ਵੀ ਧੱਕਾ ਨਹੀਂ ਕੀਤਾ ਜਾ ਸਕਦਾ। ਪਟਿਆਲਾ ਤੋਂ ਕਮਲ ਦੁਆ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।